पठानकोट के विधायक अमित विज की ओर से तुड़ीवाला चौक का दौरा किया गया। इस दौरान उनके साथ एडीसी सुरेंद्र सिंह, निगम अधिकारी डॉक्टर एनके सिंह व अन्य अधिकारियों सहित कांग्रेसी नेता भी मौजूद रहे। इस दौरान विधायक अमित विज ने स्थान पर लगाए गए कूड़े के डंपिंग स्थान का निरीक्षण किया। उनकी ओर से देखा गया कि यहां गंदगी फैल रही है। वहीं लोगों ने बताया कि यहां डंपिंग स्थान आगे होने के कारण गंदगी रोड पर आ जाती है और वाहनों के चलने से यह गंदगी उड़कर लोगों पर पड़ती है। इससे लोगों को समस्याओं का सामना करना पड़ रहा है। लोगों की समस्या सुनने के बाद विधायक अमित विज ने कहा कि शहर की गंदगी को सही करने के लिए अब सिस्टम बनाना शुरू कर दिया गया है। इसके तहत ही पहला कदम सफाई का होगा। वहीं दूसरी तरफ कूड़े को डीकम्पोज करने का कार्य भी किया जाएगा। इसके लिए 10 ट्रॉलियां, 4 ट्रैक्टर व 2 टिप्पर लगाई जाएंगी जो महीने के अंत तक खरीदी जाएंगी। उन्होंने कहा कि यहां लगाए गए डंपर पीछे किए जाएंगे तथा सीसीटीवी कैमरों से नजर रखी जाएगी, जिससे यहां साफ पता चल सकेगा कि कोई यहां गलत तरीके से कूड़ा ना फेंक सके। मेन मेरे नाल एडिशनल कमिश्नर साहब ने, एडीसी साहब सुरेंद्र जी, डॉक्टर एन के सिंह जी नाल पूरी टीम है, उन्होंने भाटिया जी, लाडी जी, देसरा जी, शाम जी, होर बाकी लोग ने। ਇਹਦੇ ਵਿੱਚ ਐਫਰਟ ਆਇਆ ਵਾ ਕਿ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਹੁਣ ਡਿਵੈਲਪਮੈਂਟ ਦੇ ਕੰਮ ਕਾਰਪੋਰੇਸ਼ਨ ਕਰ ਰਹੀ ਹੈ, PWD ਕਰ ਰਹੀ ਹੈ, ਹੁਣ ਕਿਸੇ ਤਰੀਕੇ ਨਾਲ ਸ਼ਹਿਰ ਦੀ ਜਿਹੜੀ ਗੰਦਗੀ ਹੈ ਉਹਦਾ ਸਿਸਟਮ ਬਣਾਇਆ ਜਾਏ। ਜਿਹੜਾ ਸਾਡਾ ਪਹਿਲਾ ਐਫਰਟ ਆਇਆ ਵਾ ਕਿ ਇਹਨੂੰ ਪਹਿਲੇ ਇੱਕ ਤਰੀਕੇ ਨਾਲ ਸਾਫ਼ ਕੀਤਾ ਜਾਏ, ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਪਿੱਛੇ ਪਿਟਸ ਵੀ ਬਣਾਈ ਹੈ। ਸੈਕਿੰਡ ਐਫਰਟ ਉਹਨੂੰ ਕਿਸ ਤਰ੍ਹਾਂ ਕੂੜੇ ਨੂੰ ਡੀਕੰਪੋਜ਼ ਕਰਨਾ, ਉਹਨੂੰ ਐਨਰਜੀ 'ਚ ਕਨਵਰਟ ਕਰਨਾ ਬਾਅਦ 'ਚ ਕਰਾਂਗੇ। ਮਗਰ ਇੱਥੇ ਅੱਜ ਤੂੜੀ ਵਾਲੇ ਪੁਆਇੰਟ 'ਚ ਅਸੀਂ ਆਏ ਹਾਂ। ਇੱਥੇ ਅਸੀਂ 10 ਟਰਾਲੀਆਂ ਹੋਰ, 4 ਟਰੈਕਟਰ ਤੇ 2 ਟਿੱਪਰ ਇਸ ਮਹੀਨੇ ਦੇ ਐਂਡ ਤੱਕ ਅਸੀਂ ਉਹ ਖਰੀਦ ਰਹੇ ਹਾਂ। ਤਦ ਤੱਕ ਅਸੀਂ ADC ਸਾਹਿਬ ਨੇ ਆਪਣਾ ਇੰਤਜ਼ਾਮ ਕੀਤਾ ਤੇ ADC ਸਾਹਿਬ ਆਪਣੇ ਟਰਾਲੀਆਂ DC ਸਾਹਿਬ ਮਿਲ ਕੇ ਇਹ ਸ਼ਹਿਰ ਦਾ ਕੂੜਾ ਚੁੱਕ ਰਹੇ ਹਾਂ। ਅੱਜ ਅਸੀਂ ਸਵੇਰੇ ਵੀ ਵਾਰਡ ਨੰਬਰ 15 ਦੀ ਮੀਟਿੰਗ ਕਰਕੇ ਆਏ ਹਾਂ। ਉਹਦੇ ਵਿੱਚ ਜਿੰਨਾ ਵੀ ਕੂੜਾ ਆਟੋ ਤੋਂ ਆਉਂਦਾ ਉਹ ਥੱਲੇ ਨਾ ਡਿੱਗੇ, ਸਿੱਧਾ ਟਰਾਲੀ 'ਚ ਪਏ ਜਾਂ ਟਿੱਪਰ 'ਚ ਪਏ, ਪੈ ਕੇ ਅੱਗੇ ਜਾਏ। ਸੈਕਿੰਡਲੀ ਇੱਥੇ ਅਸੀਂ ਪੂਰਾ ਬੰਦ ਕਰ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਦੇਖਿਆ ਕੂੜੇ ਦੇ ਜਿਹੜੇ ਡਰਮਸ ਨੇ, ਇਹ ਡਸਟਬਿਨਸ ਵੱਡੀਆਂ ਬਾਹਰ ਰੱਖੀ ਦੀਆਂ, ਇਹਨਾਂ ਨੂੰ ਚੁੱਕ ਕੇ ਪਿੱਛੇ ਲੈ ਕੇ ਜਾ ਰਹੇ ਹਾਂ। ਇੱਥੇ ਕੈਮਰਾਜ਼ ਉੱਪਰ ਲਗਵਾ ਰਹੇ ਹਾਂ ਤਾਂ ਕਿ ਸਰਵੇਲੈਂਸ 'ਚ ਪ੍ਰੋਪਰ ਆਏ ਕਿ ਕੌਣ ਬੰਦਾ ਬਾਹਰ ਕੂੜਾ ਸੁੱਟ ਕੇ ਜਾ ਰਿਹਾ, ਅਤੇ ਉਹ ਵੀ ਅਸੀਂ ਨਾਲ ਹੀ ਕਰਨ ਲੱਗੇ ਹਾਂ। ਇੱਥੇ ਪੂਰਾ ਗੇਟ ਲਗਵਾਉਣ ਲੱਗੇ ਹਾਂ, ਸਲਾਈਡਿੰਗ ਡੋਰ, ਤਾਂ ਕਿ ਅੰਦਰ ਜਾ ਕੇ ਸਾਰੇ ਕਰਨ। ਥਰਡਲੀ, ਕਿਉਂਕਿ ਇਹ NHI ਦੀ ਰੋਡ ਹੈ, ਸਾਡੀ ਲਿਮਿਟੇਸ਼ਨਸ ਹੈ ਕਾਰਪੋਰੇਸ਼ਨ ਦੀ ਹੁੰਦੀ, ਹੁਣ ਤੱਕ ਅਸੀਂ ਡਿਸੀਜਨ ਲੈ ਲੈਣਾ ਸੀ। ਇਹ ਸਾਡਾ ਮੇਨ ਸ਼ਹਿਰ ਦੀ ਇੱਕ ਮੇਨ ਕਨੈਕਟੀਵਿਟੀ ਵੀ ਹੈ, ਅਤੇ ਮੈਂ DC ਸਾਹਿਬ ਨੂੰ ਅਤੇ ADC ਸਾਹਿਬ ਨੂੰ ਰਿਕੁਐਸਟ ਕੀਤਾ ਕਿ NHI ਦੇ ਆਫਿਸ਼ਲਸ ਨੂੰ ਬੁਲਾਓ ਅਤੇ ਜੁਆਇੰਟਲੀ ਬੈਠ ਕੇ ਇਹਦਾ ਸਲੂਸ਼ਨ ਕੱਢੋ, ਤਾਂ ਕਿ ਇਹ ਜਿਹੜੀ ਦੋਨੋਂ ਤਰਫ ਸ਼ਹਿਰ ਦੀ ਗੰਦਗੀ ਹੈ, ਇੱਥੇ ਟਾਈਲਾਂ ਲੱਗਣ, ਇੱਥੇ ਕੈਮਰਾਜ਼ ਲੱਗਣ, ਇੱਥੇ ਲਾਈਟਸ ਲੱਗਣ, ਤਾਂ ਕਿ ਉਹ, ਕਿਉਂਕਿ NHI ਦੀ ਰੋਡਸ ਹੈ, ਉਹਨਾਂ ਕੋਲ ਬਜਟ ਦੀ ਪ੍ਰੋਵੀਜ਼ਨ ਹੈ, ਉਹ ਕਰ ਦੇਣ ਜੇ ਉਹ ਬਜਟ ਨਹੀਂ ਕਰ ਸਕਦੇ, ਕਿਉਂਕਿ ਸਾਡੇ ਸ਼ਹਿਰ ਦਾ ਮਾਮਲਾ। ਤਾਂ ਮੈਂ ਰਿਕੁਐਸਟ ਕਰਕੇ DC ਸਾਹਿਬ ਅਤੇ ADC ਸਾਹਿਬ ਨੂੰ ਅਸੀਂ ਬਜਟ ਦੇਵਾਂਗੇ ਤਾਂ ਕਿ ਇਹਨੂੰ ਅਸੀਂ ਸੋਨਾ ਕਰ ਸਕੀਏ। ਪਠਾਨਕੋਟ ਤੋਂ ਕੈਮਰਾਮੈਨ ਅਭਿਸ਼ੇਕ ਭਾਰਦਵਾਜ ਦੇ ਨਾਲ ਅਜੇ ਸੈਣੀ ਦੀ ਰਿਪੋਰਟ।